ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੰਗਲਵਾਰ ਸੀਗਾ ਜੀ ਤੇ ਕੈਂਪ ਸੀ ਸਾਡਾ ਸਵੇਰ ਦੇ ਅਸੀਂ ਅੱਜ ਸ੍ਰੀ ਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਕੈਂਪ ਲਾਇਆ ਸੀ ਜਿਹਦੇ ਵਿੱਚ ਅੱਖਾਂ ਦਾ ਕੈਂਪ ਸੀਗਾ ਜਿਹਦੇ ਵਿੱਚ ਖੂਨਦਾਨ ਕੈਂਪ ਸੀਗਾ ਜਿਹਦੇ ਵਿੱਚ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਕੈਂਪ ਸੀਗਾ ਐਡੇ ਵੱਡੇ ਸਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਤੇ ਗਮੀਆਂ ਗੱਠੀਆਂ ਚੱਲਦੀਆਂ ਅੱਜ ਸਾਡੇ ਪਰਿਵਾਰ ਦਾ ਮੈਂਬਰ ਹਰਜਿੰਦਰ ਸਿੰਘ ਵੀਰ ਜਿਹੜੇ ਤਰਨਤਾਰਨ ਤੋਂ ਆਏ ਹੋਏ ਪ੍ਰਾਗਪੁਰ ਤੋਂ ਤਿੰਨ ਛੋਟੀਆਂ-ਛੋਟੀਆਂ ਬੱਚੀਆਂ ਜਿਹਦੇ ਵਿੱਚ ਪ੍ਰਵਜੁਤ ਬੇਟੀ ਹੋਰੀ ਸਭ ਤੋਂ ਵੱਡੀ ਜਿਹੜੀ ਆ ਪਾਹਾਜਾ ਬੱਚੀ ਉਹ ਤੇ ਉਹ ਇਸ ਟਾਈਮ ਆਖਰੀ ਸਾਹਾਂ ਤੇ ਚੱਲ ਰਿਹਾ ਵੀਰ ਅਸੀਂ ਹਸਪੀਟਲ ਤੋਂ ਆਏ ਹੁਣੇ ਅੱਜ ਕੈਂਪ ਦੀ ਪ੍ਰੋਪਰ ਵੀਡੀਓ ਵੀ ਨਹੀਂ ਸਾਡੀ ਜਿਹੜੀ ਤੁਸੀਂ ਸ਼ਾਮ ਨੂੰ ਦੇਖਦੇ ਆਂ ਅਸੀਂ ਲਾਈਵ ਪਾਉਣ ਨੇ ਪਾ ਨਹੀਂ ਸਕੇ ਕਿਉਂਕਿ ਉਹ ਉਹਨਾਂ ਬੱਚੀਆਂ ਨੂੰ ਉਸ ਵੀਰ ਦੇ ਪਰਿਵਾਰ ਨੂੰ ਹੌਸਲਾ ਦੇਣਾ ਉਹਦੇ ਸਿਰ ਤੇ ਹੱਥ ਰੱਖਣ ਲਈ ਹਸਪਤਾਲ ਦੇ ਵਿੱਚ ਸਾਡੀ ਜਰੂਰਤ ਸੀ ਅਸੀਂ ਉੱਥੇ ਗਏ ਹੋਏ ਸੀਗੇ ਤੇ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਆ ਜਿਹੜਾ ਅਸੀਂ ਅੱਜ ਕੈਂਪ ਅਰੇਂਜ ਕੀਤਾ ਸੀ ਜਿਹਦੇ ਵਿੱਚ ਪ੍ਰਾਣੇ ਮਰੀਜ਼ ਆ ਜਿਹੜੇ ਉਹ 239 ਆਏ ਸੀਗੇ ਜੀ ਟੋਟਲ ਤੇ ਜਿਹੜੇ ਨਵੇਂ ਆ 94 ਸੀਗੇ 61 ਉਹ ਮਰੀਜ਼ ਸੀ ਜਿਨ੍ਹਾਂ ਨੂੰ ਰਿਪੀਟ ਦਵਾਈਆਂ ਦਿੱਤੀਆਂ ਗਈਆਂ 28 ਬੱਚੇ ਸੀਗੇ ਟੋਟਲ 2 422 ਪੇਸ਼ੈਂਟ ਸਾਡੇ ਕੋਲ ਆਏ ਸੀ ਤਿੰਨ ਪੇਸ਼ੈਂਟ ਲੇਟ ਆਏ ਸੀ ਜਿਹੜੇ ਬਿਨਾ ਟੋਕਨ ਤੋਂ ਗਏ ਆ 425 ਮਰੀਜ਼ ਯਾਨੀ ਦਿਨ ਬਦਨ ਜਿਹੜੀ ਇਹ ਗਿਣਤੀ ਆ ਵੱਧਦੀ ਜਾ ਰਹੀ ਆ ਇਸ ਵਾਰ ਡਾਕਟਰ ਸਾਹਿਬ ਨੇ ਵੀ ਸਾਨੂੰ ਸਾਡੀ ਭੈਣ ਡਾਕਟਰ ਮਨਮਤਾ ਸਿੰਘਲਾ ਨੇ ਪਿਛਲੀ ਵਾਰੀ ਵੀ ਕਿਹਾ ਸੀ ਇਸ ਵਾਰ ਵੀ ਉਹਨੇ ਕਿਹਾ ਵੀ ਵੀਰੇ ਕੈਂਪ ਨੂੰ ਜਾਂ ਤਾਂ ਦੋ ਥਾਂ ਡਿਵਾਈਡ ਕਰ ਲਓ ਤਿੰਨ ਕੈਂਪ ਲਾਉਣ ਲੱਗ ਜਿਓ ਮਹੀਨੇ ਦੇ ਵੀ ਇੰਨੇ ਮਰੀਜ਼ ਇਕੱਠੇ ਚੈੱਕ ਕਰਨਾ ਬਹੁਤ ਮੁਸ਼ਕਲ ਆ ਹੁਣ ਅੱਜ ਉਹਨਾਂ ਨੇ ਕਰੀਬ 239 ਤੇ 94 ਮੰਨ ਲਓ ਕਰੀਬ ਉਹਨਾਂ ਨੇ 300 350 ਪੇਸ਼ੈਂਟ ਚੈੱਕ ਕੀਤਾ ਤੇ ਉਹ ਇਕੱਲੇ ਇੱਕ ਡਾਕਟਰ ਨੂੰ 350 ਪੇਸ਼ੈਂਟ ਚੈੱਕ ਕਰਨਾ ਕੁਝ ਘੰਟਿਆਂ ਦੇ ਵਿੱਚ ਬੜਾ ਮੁਸ਼ਕਲ ਆ ਪਰ ਉਹ ਭੈਣ ਨੂੰ ਸਲੂਟ ਕਰਦੇ ਆ ਅਸੀਂ ਵੀ ਉਹ ਫਿਰ ਵੀ ਆਪਣੀ ਹਿੰਮਤ ਆ ਉਹਦੀ ਜਿਹੜੀ ਜ਼ਿੰਮੇਵਾਰੀ ਦੇ ਨਾਲ ਹਰ ਪੇਸ਼ੈਂਟ ਦੀ ਇਕੱਲੀ ਇਕੱਲੀ ਗੱਲ ਸੁਣਨੀ ਸਮਝਣੀ ਉਹਨੂੰ ਫਿਰ ਪ੍ਰੋਪਰ ਦਵਾਈ ਲਿਖ ਕੇ ਦੇਣੀ ਤਾਂ ਧੰਨਵਾਦ ਕਰਦੇ ਆ ਜਿਹਦੇ ਕਰਕੇ ਇਦਾਂ ਦੇ ਵੀਰ ਜਿਹੜੇ ਮੈਂਟਲੀ ਅਫਸੈਟ ਆ ਇਦਾਂ ਦੇ ਬੱਚੇ ਜਿਹੜੇ ਦਿਮਾਗ ਕਿਵੇਂ ਪੁੱਤ ਠੀਕ ਆ ਤੂੰ ਹੁਣ ਦਵਾਈ ਚੱਲਦੀ ਤੇ ਨਹੀਂ ਹੁਣ ਉਰੇ ਆ ਹਾਂਜੀ ਹੁਣ ਆਖੇ ਲੱਗਦਾ ਨਾ ਮੰਮੀ ਦੇ ਪੈਣੇ ਠੀਕ ਆ ਹੁਣ ਇਹ ਹਾਂਜੀ ਯਾਨੀ ਕਿ ਬਹੁਤ ਮਾੜੇ ਹਾਲਾਤ ਚ ਆਇਆ ਸੀ ਬੱਚਾ ਇਹ ਇਦਾਂ ਦੇ ਬਹੁਤ ਕੇਸ ਆ ਜਿਹੜੇ ਸਾਡੇ ਕੋਲੇ ਆਉਂਦੇ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਭੈਣ ਖੜੀ ਐ ਪਿੱਛੇ ਵੀ ਬਹੁਤ ਮੈਂਟਲੀ ਅਫਸੈਟ ਸੀ ਅੱਜ ਵਾਇਗੁਰ ਦੀ ਮੇਰ ਨਾ ਠੀਕ ਆ ਬਣੇ ਕਿ ਬਹੁਤ ਕੇਸ ਇਦਾਂ ਦੇ ਸਾਡੇ ਕੋਲੇ ਜਿਹੜੇ ਮੈਂਟਲੀ ਅਫਸੈਟ ਆ ਡਾਕਟਰ ਮਮਤਾ ਸਿੰਘਲਾ ਭੈਣ ਸਾਈਕੀਆਟ੍ਰਿਕ ਆ ਉਹਨਾਂ ਦੀ ਚੰਗੀ ਸੂਰਜਵਾਨ ਜਿਹੜੀ ਉਹਨਾਂ ਦੀ ਸੋਚ ਆ ਕਿਦਾਂ ਦੇ ਲੋਕਾਂ ਦੀ ਮਦਦ ਕਰਨ ਦਾ ਜਿਹੜਾ ਉਹਦਾ ਜज्ਬਾ ਜਿਹਦੇ ਸਦਕੇ ਅਸੀਂ ਐਡਾ ਵੱਡਾ ਕੈਂਪ ਅਰੇਂਜ ਕਰਦੇ ਆ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵਾਰ ਤੋਂ ਅਸੀਂ ਇਹ ਕੈਂਪ ਨੂੰ ਐਕਸਟੈਂਡ ਕਰ ਸਕੀਏ ਦੋ ਦੀ ਥਾਂ ਤੇ ਤਿੰਨ ਕੈਂਪ ਲਾਇਆ ਕਰੀਏ ਤੇ ਧੰਨਵਾਦ ਕਰਦੇ ਆ ਇਸ ਵਾਰ ਅੰਮ੍ਰਿਤਸਰ ਤੋਂ ਵੀ ਡਾਕਟਰ ਸਾਹਿਬ ਆਏ ਸੀਗੇ ਸਾਡੇ ਕੋਲੇ ਜਿਹੜੇ ਸਾਈਕੀਆਟ੍ਰਿਕ ਨੇ ਉਹਨਾਂ ਨੇ ਵੀ ਕੁਝ ਮਰੀਜ਼ ਇੱਥੇ ਆ ਕੇ ਚੈੱਕ ਕੀਤੇ ਅਗਲੀ ਵਾਰ ਤੋਂ ਕੁਝ ਪੇਸ਼ੈਂਟ ਸੀ ਉਹਨਾਂ ਨੂੰ ਦਿਆ ਕਰਾਂਗੇ ਤਾਂ ਜੋ ਇਸ ਰਾਸ਼ਨੋ ਜਾਂ ਇਹਨੇ ਮਰੀਜ਼ਾਂ ਨੂੰ ਇੱਕ ਹੀ ਡਾਕਟਰ ਕੋਲ ਲੈ ਕੇ ਜਾਣ ਤੋਂ ਅਸੀਂ ਥੋੜਾ ਕੋਈ ਹੱਲ ਕੱਢ ਸਕੀਏ ਤੇ ਧੰਨਵਾਦ ਕਰਦੇ ਹਾਂ ਜਿੱਦਾਂ ਦੇ ਕਰਕੇ ਅਸੀਂ ਅੱਜ ਦਾ ਜਿਹੜਾ ਕੈਂਪ ਆ ਉਹ ਲਗਾ ਪਾਏ ਤੇ ਦੂਸਰਾ ਇੱਕ ਬੇਨਤੀ ਹੈ ਮਰੀਜ਼ਾਂ ਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਇੱਕ ਤਾਂ ਮਰੀਜ਼ ਨੂੰ ਜ਼ਰੂਰ ਨਾਲ ਲੈ ਕੇ ਆਇਆ ਕਰੋ ਸਾਡੇ ਕੋਲੇ ਇੱਥੇ ਮੰਨ ਲਓ 100 ਦੇ ਵਿੱਚੋਂ 20 ਇਦਾਂ ਦੀਆਂ ਮਾਤਾ-ਮਾਵਾਂ ਭੈਣਾਂ ਆਉਂਦੀਆਂ ਬਾਪੂ ਬਜ਼ੁਰਗ ਆਉਂਦੇ ਜਿਹੜੇ ਕਹਿੰਦੇ ਜੀ ਅਸੀਂ ਬੱਚੇ ਨੂੰ ਲੈ ਕੇ ਨਹੀਂ ਆ ਸਕੇ ਨਾਲ ਉਹ ਮੰਨਿਆ ਨਹੀਂ ਜੀ ਉਹ ਅੱਜ ਵਿਆਹ ਸੀ ਜੀ ਆ ਜਾਓ ਭੈਣੇ ਉਹ ਆ ਜਾਓ ਉਹ ਜੀ ਅੱਜ ਸਾਡੇ ਪ੍ਰੋਗਰਾਮ ਸੀ ਯਾਨੀ ਕਿ ਕੱਲੇ ਆ ਜਾਂਦੇ ਨੇ ਦਵਾਈ ਲੈਣਾ 10 10 ਸਾਲ 15 15 ਸਾਲ ਤੁਸੀਂ ਉਹਨਾਂ ਤੋਂ ਕੁੱਟ ਖਾਂਦੇ ਰਹੇ ਉਹਨਾਂ ਨੂੰ ਕੁੱਟਦੇ ਰਹੇ ਬੰਨ ਕੇ ਰੱਖਦੇ ਰਹੇ ਕਮਰਿਆਂ 'ਚ ਬੰਦ ਕਰਕੇ ਰੱਖਦੇ ਰਹੇ ਜੇ ਅੱਜ ਉਹ ਠੀਕ ਹੋ ਰਹੇ ਆ ਤੇ ਉਹਨਾਂ ਨੂੰ ਤੁਸੀਂ ਇੱਕ ਦਿਨ ਵਾਸਤੇ ਵੀ ਆਪਣੇ ਨਾਲ ਲਿਆ ਨਹੀਂ ਸਕਦੇ ਇੱਕ ਦਿਨ ਦੀ ਤਕਲੀਫ ਵੀ ਨਹੀਂ ਕੱਟ ਸਕਦੇ ਹੁਣ ਤੁਸੀਂ ਇਸ ਕਰਕੇ ਸਾਡੀ ਬੇਨਤੀ ਹੈ ਜਿਹੜਾ ਵੀ ਮੈਂਬਰ ਦੋ ਵਾਰ ਤੋਂ ਵੱਧ ਮੈਂਬਰ ਨੂੰ ਨਾਲ ਨਹੀਂ ਲੈ ਕੇ ਆਉ ਮੰਨ ਲਓ ਇਸ ਵਾਰ ਲੈ ਕੇ ਨਹੀਂ ਆਇਆ ਕੋਈ ਮਜਬੂਰੀ ਆ ਘਰ ਚ ਵੱਡੀ ਤਾਂ ਅਸੀਂ ਉਹਨੂੰ ਮੈਡੀਸਿਨ ਨਹੀਂ ਦੇਣੀ ਜੇ ਸੈਕੰਡ ਟਾਈਮ ਵੀ ਨਹੀਂ ਲੈ ਕੇ ਆਇਆ ਤਾਂ ਅਸੀਂ ਉਹਦਾ ਜਾਨੀ ਕਿ ਮੈਡੀਸਿਨ ਦੇਣਾ ਪੱਕਾ ਕਾੜੋ ਦਾ ਜਿਹੜਾ ਡਿਸਮਿਸ ਕਰ ਦਾਂਗੇ ਬੰਦ ਕਰ ਦਾਂਗੇ ਦਵਾਈ ਦੇਣੀ ਕਿਉਂਕਿ ਜੇ ਆਪਾਂ ਮੈਡੀਸਿਨ ਦੇ ਰਹੇ ਹਾਂ ਤਾਂ ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਇਹ ਆ ਠੀਕ ਹੋਣ ਦਾ ਤਾਜੋ ਡਾਕਟਰ ਹਰ ਬਾਰ ਪੇਸ਼ੈਂਟ ਨੂੰ ਦੇਖਣ ਦੇਖ ਕੇ ਅੰਦਾਜ਼ੇ ਨਾਲ ਉਹ ਦਵਾਈ ਬਦਲ ਸਕਣ ਡਾਕਟਰ ਨੂੰ ਪਤਾ ਲੱਗੇ ਪੇਸ਼ੈਂਟ ਮੇਰਾ ਕਿੰਨਾ ਕੁ ਠੀਕ ਆ ਤੇ ਦੂਸਰੀ ਗੱਲ ਇਹ ਹੈ ਵੀ ਉਹੀ ਆਉਣ ਜਿਹੜੇ ਕਾਰਡ ਲੈ ਕੇ ਨਾਲ ਮਰੀਜ਼ ਨੂੰ ਜਿਨ੍ਹਾਂ ਨੂੰ ਨੌਲੇਜ ਹੁੰਦੀ ਐ ਮਰੀਜ਼ ਬਾਰੇ ਹੁਣ ਮਰੀਜ਼ ਮੰਨ ਲਓ ਠੀਕ ਨਹੀਂ ਮੈਂਟਲੀ ਤੇ ਉਹ ਪਿਛਲੇ 1 ਸਾਲ ਤੋਂ ਦਵਾਈ ਲੈ ਰਿਹਾ ਉਹਦੇ ਨਾਲ ਕੋਈ ਹੋਰ ਹੀ ਤੀਜੇ ਬੰਦੇ ਨਾਲ ਨੂੰ ਭੇਜ ਦਿੰਦੇ ਜਿਹਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਦੀ ਕੀ ਹਿਸਟਰੀ ਆ ਕੀ ਪ੍ਰੋਬਲਮ ਆ ਹੁਣ ਇਹਨੂੰ ਦौरा ਪੈਂਦਾ ਕਿ ਨਹੀਂ ਪੈਂਦਾ ਇਹ ਵੀ ਸਾਡੇ ਵਾਸਤੇ ਦਿੱਕਤ ਤਾਂ ਵੀ ਮਰੀਜ਼ ਨੂੰ ਉਹੀ ਪਰਿਵਾਰ ਦੇ ਮੈਂਬਰ ਲੈ ਕੇ ਆਉਣ ਜਿਹੜੇ ਉਹਦੇ ਬਾਰੇ ਜਾਣਕਾਰੀ ਰੱਖਦੇ ਆ ਜਿਹਨੂੰ ਹਿਸਟਰੀ ਪਤਾ ਹੁੰਦੀ ਹੈ ਇੱਕ ਟਾਈਮ ਦੀ ਪਾਲਣਾ ਨਹੀਂ ਕਰਦੇ ਜੀ ਟਾਈਮ ਮੰਨ ਲਓ ਕੋਈ 3 ਵਜੇ ਆ ਜਾਂਦਾ ਮਰੀਜ਼ ਹੁਣ ਐਡੀ ਦੂਰੋਂ ਆਇਆ ਹੁੰਦਾ ਬੰਦਾ ਤਾਂ ਅਸੀਂ ਉਹਨੂੰ ਵਾਪਸ ਭੇਜਦੇ ਵੀ ਠੀਕ ਨਹੀਂ ਲੱਗਦਾ ਤਾਂ ਸਾਡੂ ਵੀ ਕਿਉਂਕਿ ਸਾਰੀ ਕੰਮ ਈਮੋਸ਼ਨ ਤੇ ਤਾਂ ਗੱਲ ਖੜੀ ਆ ਜੇ ਅਸੀਂ ਕੁਝ ਈਮੋਸ਼ਨਲੀ ਸੋਚਦੇ ਆ ਸਾਡੇ ਦਿਲ ਦੀਆਂ ਭਾਵਨਾ ਸਾਡੇ ਦਿਲ ਦੇ ਵਿੱਚ ਦਰਦ ਦਾ ਤਾਹੀਂ ਤਾਂ ਇੰਨੀ ਵੱਡੀ ਪ੍ਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਜੀ ਹੁਣ ਇੱਥੇ ਵੀ ਅਸੀਂ ਆ ਕੇ ਕਿ ਪੱਥਰ ਦਿਲ ਹੋ ਜੀਏ ਵੀ ਨਹੀਂ ਜੀ ਅਸੀਂ ਇਹ ਦੇਣੀ ਦਵਾਈ ਵਾਪਸ ਚਲੇ ਜਾਓ ਤਾਂ ਅਸੀਂ ਨਹੀਂ ਕਰ ਸਕਦੇ ਪਰ ਤੁਸੀਂ ਪਲੀਜ਼ ਸਾਡੀ ਇੰਨੀਕ ਬੇਨਤੀ ਨੂੰ ਸਮਝਿਆ ਕਰੋ ਜੇ ਤੁਸੀਂ ਕਿਸੇ ਪੇਸ਼ੰਤ ਨੂੰ ਲੈ ਕੇ ਆਉਣਾ ਲੇਟ ਨਾ ਹੋਇਆ ਕਰੋ ਜੇ ਕੋਈ ਬਹੁਤ ਦੂਰੋਂ ਆਉਂਦਾ ਇੱਕ ਦਿਨ ਪਹਿਲਾਂ ਆ ਜਾਇਆ ਕਰੋ ਹੁਣ ਜਿਵੇਂ ਸਾਰੇ ਖੜੇ ਨੇ ਵੀਰ ਭੈਣ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਨੇ ਜਿਨ੍ਹਾਂ ਨੇ ਅੱਜ ਰਾਤ ਰਹਿਣਾ ਵਾ ਕਿਉਂਕਿ ਦੂਰੋਂ ਆਏ ਹੋਏ ਸੀ ਬਹੁਤ ਤੇ ਅਸੀਂ ਇੱਥੇ ਰਹਿਣ ਦਾ ਵੀ ਪ੍ਰਬੰਧ ਕਰ ਦਿੰਨੇ ਆ ਪਰ ਤੁਸੀਂ ਸਾਨੂੰ ਇਸ ਤਰੀਕੇ ਨਾਲ ਨਾ ਕਰੋ ਵੀ ਅਸੀਂ ਵੀ ਤੁਹਾਡੀ ਮਦਦ ਨਾ ਕਰ ਸਕੀ ਤੇ ਤੀਸਰਾ ਜੀ ਅੱਜ ਅੱਖਾਂ ਦਾ ਜਿਹੜਾ ਕੈਂਪ ਲੱਗਿਆ ਸੀਗਾ ਤੇ ਉਹਦੇ ਵਿੱਚ ਸਾਡੇ ਕਿੰਨੇ ਮਰੀਜ਼ ਆਏ ਕਿੰਨੇ ਮਰੀਜ਼ ਆਪਰੇਸ਼ਨ ਲਈ ਹੋਏ ਸਿਲੈਕਟ ਉਹ ਵੀ ਤੁਹਾਨੂੰ ਦੱਸਦੇ ਆ ਅੱਜ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਟੋਟਲ 422 ਪੇਸ਼ੈਂਟ ਸੀਗੇ ਤਿੰਨ ਮਰੀਜ਼ ਲੇਟ ਆਏ ਸੀ 425 ਪੇਸ਼ੈਂਟ ਸੀਗੇ ਟੋਟਲ ਅਗਲਾ ਕੈਂਪ 12 ਤਰੀਕ ਦਾ ਵਾ ਉਸ ਤੋਂ ਅਗਲਾ 26 ਤਰੀਕ ਦਾ ਵਾ ਅੱਜ ਦੇ ਕੈਂਪ ਦੀਆਂ ਜਿਹੜੀਆਂ ਦਵਾਈਆਂ ਧੰਨਵਾਦ ਕਰਦੇ ਆਸੀਂ ਸਰਜੀਤ ਸਿੰਘ ਯੂ ਐਸ ਏ ਤੋਂ 225000 ਰੁਪਏ ਦੀ ਦਵਾਈ ਭੇਜੀ ਸੀ ਉਹਨਾਂ ਨੇ ਭਾਈ ਮੋਤੀਰਾਮ ਮਹਾਰਾਜੀ ਸੇਵਾਦਾਲ ਕੈਂਥਲ ਤੋਂ 30000 ਰੁਪਏ ਦੀ ਸੇਵਾ ਦੇ ਕੇ ਗਏ ਆ ਵੀਰੇ ਹੁਣੀ ਤੇ ਫਿਰ ਗੁਰਸੇਵਕ ਸਿੰਘ ਗੁਰ ਬਖਸ਼ ਸਿੰਘ ਜੁਕੇ ਤੋਂ ਆ ਭਾਈ ਉਹਨਾਂ ਨੇ 80000 ਰੁਪਏ ਦੀ ਸੇਵਾ ਭੇਜੀ ਸਾਨੂੰ ਸੋਰੀ ਦਵਾਈ ਭੇਜੀ ਸਾਡੇ ਕੋਲੇ ਆ ਪਾ ਕੇ ਲੈ ਕੇ ਦੇ ਕੇ ਗਏ ਨੇ ਵੀਰੇ ਹੁਣੀ ਫਿਰ ਗੁਰਿੰਦਰ ਸਿੰਘ ਸਸਨਪੁਰ ਤੋਂ ਵੀਰੇ 2500 ਰੁਪਏ ਦੀ ਦਵਾਈ ਦੇ ਕੇ ਗਿਆ ਲੈ ਕੇ ਭਾਈ ਸਾਡਾ ਫਿਰ ਗੁਰਿੰਦਰ ਸਿੰਘ ਯੂ ਐਸ ਏ ਤੋਂ ਆ ਭਾਈ ਉਹ 75 75000 ਰੁਪਏ ਦੀ ਦਵਾਈ ਲੈ ਕੇ ਦੇ ਕੇ ਗਏ ਆ ਬਾਈ ਹੁਣੀ ਫਿਰ ਹਰਮਨਦੀਪ ਸਿੰਘ ਜਗਰਾਉਂ ਤੋਂ ਵੀਰ ਉਹਨਾਂ ਨੇ 58500 ਰੁਪਏ ਦੀ ਦਵਾਈ ਲੈ ਕੇ ਦਿੱਤੀ ਆ ਇਹ ਸਾਰੀ ਮੈਡੀਸਨ ਆ ਜਿਹੜੀ ਅੱਜ ਇੱਥੇ ਸਾਡੇ ਵਰਤਤੀ ਗਈ ਆ ਜਿਹੜੀ ਉਹ ਮੈਡੀਸਨ ਦੀ ਲਿਸਟ ਆ 3 ਲੱਖ ਤੇ 2000 ਰੁਪਏ ਦੀ ਇਹ ਦਵਾਈ ਸੀ ਤੇ ਸਾਡੇ ਟੀਮ ਦੇ ਮੈਂਬਰ ਆ ਸਾਡੇ ਪਰਿਵਾਰ ਦੇ ਮੈਂਬਰ ਆ ਹਰਿੰਦਰ ਸਿੰਘ ਵੀਰ ਯੂ ਐਸ اے ਤੋਂ 3 ਲੱਖ ਰੁਪਏ ਦੀ ਦਵਾਈ ਦਾ ਸਾਡਾ ਪਿਛਲਾ ਬੈਲੈਂਸ ਖੜਾ ਸੀਗਾ ਭੁੱਲਰ ਮੈਡੀਕਲ ਤੇ ਹਨਾ ਬਿੱਲੇ ਕਿੱਥੇ ਆ ਕਿੰਨਾ ਬੈਲੈਂਸ ਦੇਣ ਵਾਲਾ ਸੀ ਉੱਥੇ 5.5 ਲੱਖ ਰੁਪਏ ਸਾਢੇ 5 ਲੱਖ ਰੁਪਏ ਸਾਡਾ ਬੈਲੈਂਸ ਸੀ ਦੇਣ ਵਾਲਾ ਜਿਹਦੇ ਵਿੱਚੋਂ 3 ਲੱਖ ਰੁਪਏ ਬੈਲੈਂਸ ਹਰਿੰਦਰ ਵੀਰ ਨੇ ਯੂ ਐਸ ਏ ਤੋਂ ਵੀਰ ਨੇ ਸਾਡੇ ਨੇ ਟੀਮ ਦਾ ਮੈਂਬਰ ਆ ਸਾਡੇ ਪਰਿਵਾਰ ਦਾ ਮੈਂਬਰ ਆ ਉਹ 1100 ਤੋਂ ਕਲਾਸ ਮੈਂਬਰ ਹੁਣ ਤੱਕ ਅਸੀਂ ਬਣ ਚੁੱਕੇ ਆ ਉਹ ਵੀਰ 3 ਲੱਖ ਰੁਪਏ ਦੀ ਸੇਵਾ ਉਹਨੇ ਉੱਥੇ ਜਮਾ ਕਰਾਈ ਆ ਹਸਪੀਟਲ ਦਾ ਜਿਹੜਾ ਸੌਰੀ ਪੁਲਰ ਮੈਡੀਕਲ ਆ ਜਿਹੜਾ ਸਾਡਾ ਬੈਲੈਂਸ ਸੀ ਉਹ ਕਲੀਅਰ ਹੋ ਗਿਆ ਤੇ ਇਹ ਤਾਂ ਸੀਗੇ ਜੀ ਅੱਜ ਦੀਆਂ ਦਵਾਈਆਂ ਦਾ ਉਸ ਤੋਂ ਬਾਅਦ ਜਿਹੜਾ ਅਸੀਂ ਅੱਖਾਂ ਦਾ ਕੈਂਪ ਲਗਾਇਆ ਸੀਗਾ ਅੱਜ ਹਨਾ ਉਦੇ ਵਿੱਚ ਟੋਟਲ ਪੇਸ਼ੈਂਟ ਜਿਹੜੇ ਚੈੱਕ ਅਪ ਹੋਇਆ ਜਿਨ੍ਹਾਂ ਦਾ ਉਹ ਕਰੀਬ ਪੌਣੇ 350 ਪੇਸ਼ੈਂਟ ਸੀ ਜਿਨ੍ਹਾਂ ਦਾ ਚੈੱਕ ਅਪ ਹੋਇਆ ਸਾਰਿਆਂ ਦਾ 300 270 ਕਮਰੀਜ਼ ਸੀ ਜਿਨ੍ਹਾਂ ਦਾ ਟੋਟਲ ਚੈੱਕ ਅਪ ਹੋਇਆ ਜਿਹਦੇ ਵਿੱਚੋਂ 67 67 ਮਰੀਜ਼ ਇਦਾਂ ਦੇ ਨਿਕਲ ਜਿਨ੍ਹਾਂ ਦੇ ਆਪਰੇਸ਼ਨ ਹੋਣ ਵਾਲੇ ਅੱਖਾਂ ਦੇ ਕਿਸੇ ਚਿੱਟਾ ਮੋਤੀ ਇਹਦਾ ਆਪਰੇਸ਼ਨ ਜਾਂ ਜਾਲਾ ਵਾ ਤੇ ਉਹਦੇ ਵਿੱਚੋਂ ਸਾਡੇ ਜਿਵੇਂ ਹੁਣ ਸ਼ਕੂਰ ਤੋਂ ਵੀਰ ਆਇਆ ਸੀ ਰਾਣਾ ਲੈ ਕੇ ਆਪਣੇ ਪਿੰਡ ਦੇ ਮਰੀਜ਼ਾਂ ਨੂੰ ਉਹਨਾਂ ਦੇ ਇਹਦੇ ਬੱਚੇ ਦਾ ਵੀ ਪ੍ਰੈਸ਼ਨ ਹੋਣਾ ਇੱਕ ਅੱਖ ਤੋਂ ਜੀ ਇਨੂੰ ਇੱਕ ਇੱਕ ਤੋਂ ਕਿਹੜੀ ਤੋਂ ਨਹੀਂਦਾ ਪੁੱਤ ਇਸ ਤੋਂ ਬਿਲਕੁਲ ਨਹੀਂ ਦਿੰਦਾ ਹੁਣ ਅਦੀਨਾਦ ਨੂੰ ਕਾਪੀ ਨਹੀਂ ਦੇ ਇਹਦਾ ਬੱਚੇ ਦਾ ਆਪਰੇਸ਼ਨ ਹੋਣ ਵਾਲਾ ਇੰਨੀ ਛੋਟੀ ਉਮਰ ਦੇ ਵਿੱਚ ਹੀ ਇਹਨੂੰ ਪ੍ਰੋਬਲਮ ਆ ਚਿੱਟੇ-ਚਿੱਟੇ ਰੰਗ ਦਾ ਤੁਸੀਂ ਦੇਖ ਸਕਦੇ ਹੋ ਨਿਸ਼ਾਨ ਚਿੱਟੇ ਮੋਤੀਏ ਦਾ ਹੋਰ ਵੀ ਕੋਈ ਤੁਹਾਡੇ ਨਾਲ ਆ ਵੀਰ ਵੀ ਸਕੂਰ ਤੋਂ ਲੈ ਕੇ ਆਇਆ ਸੀ ਭਾਈ ਯਾਨੀ ਕਿ ਇਦਾਂ ਬੜੀ ਦੂਰੋਂ-ਦੂਰੋਂ ਸਾਡੇ ਕੋਲੇ ਅੱਜ ਪੇਸ਼ੈਂਟ ਆਏ ਸੀਗੇ ਜਿਨ੍ਹਾਂ ਦਾ ਅਸੀਂ ਅੱਖਾਂ ਦਾ ਚੈੱਕਅਪ ਕਰਾਇਆ ਸਾਡੇ ਕੋਲੇ ਇਹ ਨਹੀਂ ਹੈਗਾ ਵੀ ਅਸੀਂ ਅੱਖਾਂ ਦਾ ਕੈਂਪ ਲਾਇਆ ਤੇ ਬੇਬੇ ਇੱਕਾਈ ਆਪਦੇ ਪੋਤੇ ਦੇ ਨਾਲ ਗੱਡੀ ਚੋਂ ਉਤਰੀ ਉਹ ਅੰਡੈਵਰ ਚੋਂ ਜਾਂ ਫੋਰਚੂਨਰ ਚੋਂ ਤੇ ਆ ਕੇ ਉਹਨੇ ਚੈੱਕਅਪ ਕਰਾਇਆ ਤੇ ਫਰੀਦ ਆਪਰੇਸ਼ਨ ਕਰਾਉਣ ਲਈ ਲਾਈਨ 'ਚ ਬੈਠ ਗਈ ਹੈ ਬਿਲਕੁਲ ਨਹੀਂ ਸਾਡੇ ਕੋਲੇ ਜੇ ਅੱਜ 70 ਦੇ ਕਰੀਬ ਹੈ ਪੇਸ਼ੈਂਟ ਸਿਲੈਕਟ ਹੋਏ ਹਨ ਇਹ ਉਹ ਲੋਕ ਨੇ ਜਿਹੜੇ ਨਹਾਇਤ ਹੀ ਲੋੜਵੰਦ ਜਿਨ੍ਹਾਂ ਦੇ ਘਰ ਦੇ ਵਿੱਚ ਇਲਾਜ ਕਰਾਉਣ ਤਾਂ ਦੂਰ ਦੀ ਗੱਲ ਪ੍ਰਸ਼ਾਦਾ ਪਾਣੀ ਚੱਲਣਾ ਵੀ ਮੁਸ਼ਕਿਲ ਆ ਦਿਹਾੜੀਦਾਰ ਮਜ਼ਦੂਰ ਕਿਸੇ ਦਾ ਪੁੱਤ ਕਮਲਾ ਵਾ ਕਿਸੇ ਦੀ ਧੀ ਕਮਲੀ ਆ ਕੋਈ ਕਿਸੇ ਦੇ ਘਰ ਵਾਲਾ ਕਮਲਾ ਕਿਸੇ ਦੇ ਬਾਪੂ ਦੇ ਦੋ ਬੱਚੇ ਆ ਉਹੀ ਗਮਲੇ ਆ ਇਦਾਂ ਦੇ ਪਰਿਵਾਰ ਦੇ ਮੈਂਬਰ ਸਾਡੇ ਜਿਨ੍ਹਾਂ ਦੇ ਅਸੀਂ ਸਿਲੈਕਸ਼ਨ ਕੀਤੀ ਸੀ ਪਿਛਲੇ 1 ਸਾਲ ਤੋਂ ਅਸੀਂ ਕੈਂਪ ਅਰੇਂਜ ਕਰਨਾ ਚਾਹੁੰਦੇ ਸੀ ਤੇ ਇਹ ਕੈਂਪ ਅਸੀਂ ਅਰੇਂਜ ਕੀਤਾ ਉਹਨਾਂ ਲੋਕਾਂ ਦੇ ਆਪਰੇਸ਼ਨ ਹੋਣੇ ਆ ਜਿਹੜੇ 67 ਮਰੀਜ਼ਾਂ ਦੇ ਕੈਂਪ ਦੇ ਵਿੱਚ ਜਿਹੜੇ ਆਪਰੇਸ਼ਨ ਹੋਣੇ ਆ ਉਹਦੇ ਵਾਸਤੇ ਵੀ ਸਾਨੂੰ ਉਹਨਾਂ ਭੈਣਾ ਭਰਾਵਾਂ ਨੇ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਹਨਾਂ ਨੂੰ ਅਡਾਪਟ ਕਰਿਆ ਕੁਝ ਪੇਸ਼ੈਂਟ ਨੂੰ 49 ਮਰੀਜ਼ ਆ ਜਿਹੜੇ ਉਹ ਅਡਾਪਟ ਹੋ ਚੁੱਕੇ ਆ ਹੁਣ ਤੱਕ ਜਿਵੇਂ ਗੁਰਿੰਦਰ ਸਿੰਘ ਆ ਵੀਰ ਬੱਸੀਆਂ ਤੋਂ ਚਾਰ ਮਰੀਜ਼ਾਂ ਦੀ ਸੇਵਾ ਉਹਨੇ ਵੀਰ ਨੇ ਸਿੱਧਾ ਰਮੇਸ਼ ਆਈ ਹਸਪੀਟਲ ਦੇ ਵਿੱਚ ਜਮਾ ਕਰਾਉਣੀ ਆ ਜਿੱਥੇ ਆਪਰੇਸ਼ਨ ਹੋਣੇ ਆ ਕੱਲੋਂ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਕੱਲ ਦਾ ਤੇ ਕਿੰਨੇ ਕਿੰਨੇ ਤਰੀਕ ਮਿਲੀ ਆ ਆਪਾਂ ਨੂੰ ਆਪਰੇਸ਼ਨ ਦੀ 30 ਤਰੀਕ 30 ਤਰੀਕ 30 ਤਰੀਕ 5 ਅਕਤੂਬਰ 6 ਅਕਤੂਬਰ ਤੇ 8 ਅਕਤੂਬਰ ਜੀ ਹਾਂਜੀ ਇਹ ਚਾਰ ਡੇਟਾਂ ਮਿਲੀਆਂ ਸਾਨੂੰ 30 ਸਪਟੰਬਰ 4 ਅਕਤੂਬਰ 5 ਅਕਤੂਬਰ 5 ਅਕਤੂਬਰ 6 ਅਕਤੂਬਰ ਇਹ 8 ਅਕਤੂਬਰ ਇਹ ਡੇਟਾਂ ਤੇ ਸਾਡੇ ਉੱਥੇ ਉਹਨਾਂ ਨੇ 10 10 15 15 ਕਰਕੇ ਅਪਰੇਟ ਕਰਨੇ ਆ ਮਰੀਜ਼ਾਂ ਦੇ ਜਿੱਦਾਂ ਜਿੱਦਾਂ ਇਹਨਾਂ ਵੀਰਾਂ ਨੇ ਸਾਨੂੰ ਨਾਮ ਲਿਖਾਏ ਆ ਸੀ ਉਹਨਾਂ ਨੂੰ ਫੋਨ ਕਰਕੇ ਉੱਥੇ ਭੇਜਾਂਗੇ ਗੁਰਿੰਦਰ ਸਿੰਘ ਬੱਸੀਆਂ ਤੋਂ ਚਾਰ ਮਰੀਜ਼ਾਂ ਦਾ ਉਹਨੇ ਵੀਰ ਨੇ ਬੈਲ ਦੇਣਾ 2500 ਰੁਪਏ ਇੱਕ ਪੇਸ਼ੈਂਟ ਦਾ ਸਾਡੇ ਦਾ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਸੀ ਖਰਚਾ ਆਊਗਾ ਫਿਰ ਜਸਵੰਤ ਸਿੰਘ ਆ ਬਾਈ ਚੂੜ ਚੱਕ ਤੋਂ ਉਹਨੇ ਦੋ ਮਰੀਜ਼ਾਂ ਦਾ ਕਿਹਾ ਵੀਰ ਨੇ ਤੇ ਫਿਰ ਅਕਲਿਕਾ ਗਕਕ ਕੈਨੇਡਾ ਫਾਉਂਡੇਸ਼ਨ ਕੈਨੇਡਾ ਫਾਉਂਡੇਸ਼ਨ ਸਰੀ ਤੋਂ ਆ ਬਾਈ ਉਹਨਾਂ ਨੇ ਗੈਰੀ ਹੋਣੀ ਸਾਡੇ ਵੀਰ ਟੀਮ ਦੇ ਮੈਂਬਰ ਉਹਨਾਂ ਵੱਲੋਂ 21 ਮਰੀਜ਼ਾਂ ਦੀ ਸੇਵਾ ਕੀਤੀ ਗਈ ਆ 52000 ਉਹਨਾਂ ਨੇ ਉੱਥੇ ਜਮ੍ਹਾਂ ਕਰਾਉਣਾ 500 ਤੇ ਫਿਰ ਪ੍ਰਿੰਕਾ ਤੇ ਜੈਕੀ ਬੰਬੇ ਤੋਂ ਸਾਡੀ ਭੈਣ ਆ ਪ੍ਰਿੰਕਾ ਅਸ਼wini ਬਾਈ ਜੀ ਉਹਨਾਂ ਦੇ ਬੇਟੀ ਤੇ ਉਹਨਾਂ ਦੇ ਜਵਾਈ ਜੈਕੀ ਵੀਰ ਉਹਨਾਂ ਨੇ ਵੀ 6 ਮਰੀਜ਼ਾਂ ਦੀ ਸੇਵਾ ਜਣੀ ਉੱਥੇ ਜਮ੍ਹਾਂ ਕਰਾਉਣੀ ਆ ਫਿਰ ਸਾਡੇ ਅਸ਼wini ਬਾਈ ਜੀ ਤੇ ਮਾਤਾ ਪਵਨ ਮਾਤਾ ਜੀ ਸਾਡੇ ਉਹਨਾਂ ਨੇ ਵੀ 3 ਮਰੀਜ਼ਾਂ ਦੀ ਸੇਵਾ ਉੱਥੇ ਜਮ੍ਹਾਂ ਕਰਾਉਣੀ ਆ ਫਿਰ ਇਦਾਂ ਹੀ ਰਵਿੰਦਰਕੌਰ ਭੋਗਲ ਆ ਮਾਤਾ ਜੀ ਸਾਡੇ ਭੂਆ ਜੀ ਨੇ ਉਹਨਾਂ ਨੇ ਵੀ 7500 ਰੁਪਿਆ ਕਿਹਾ ਤਿੰਨ ਮਰੀਜ਼ਾਂ ਦੀ ਸੇਵਾ ਉੱਥੇ ਜਮ੍ਹਾਂ ਕਰਾਉਣੀ ਆ ਫਿਰ ਦਵਿੰਦਰ ਸਿੰਘ ਜਵੱਦੀ ਤੋਂ ਆ ਚਾਰ ਮਰੀਜ਼ ਉਹਨਾਂ ਨੇ ਕਿਹਾ ਅਮਨਦੀਪ ਸਿੰਘ ਢਿੱਲੋਂ ਆ ਯੂਕੇ ਤੋਂ ਦੋ ਪੇਸ਼ੈਂਟ ਉਹਨਾਂ ਨੇ ਕਿਹਾ ਕੁਲਵਿੰਦਰ ਸਿੰਘ ਯੂਕੇ ਤੋਂ ਆ ਵੀਰ ਚਾਰ ਮਰੀਜ਼ ਉਹਨਾਂ ਨੇ ਕਿਹਾ ਯਾਨੀ ਕਿ 49 ਪੇਸ਼ੈਂਟ ਆ ਜਿਹੜੇ ਸਾਡੇ ਅਡਾਪਟ ਹੋ ਚੁੱਕੇ ਆ ਤੇ 67 ਨੇ ਟੋਟਲ ਮਤਲਬ ਪਿੱਛੇ 17 18 ਪੇਸ਼ੈਂਟ ਰਹਿ ਗਏ ਆ ਉਹ ਵਾਹਿਗੁਰੂ ਮਿਹਰ ਕਰਨਗੇ ਸੱਚੇ ਪਾਤਸ਼ਾਹ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਭੈਣ ਭਰਾ ਆਪਣੇ ਆਪ ਹੀ ਆ ਪਹੁੰਚੂਗਾ ਕਿਉਂਕਿ ਇਹ ਸਾਡੀ ਜ਼ਿੰਮੇਵਾਰੀ ਨਹੀਂ ਜ਼ਿੰਮੇਵਾਰੀ ਉਹਦੀ ਆ ਉੱਪਰ ਵਾਲੇ ਦੀ ਸਾਡਾ ਤਾਂ ਸਰੀਰ ਵਰਤ ਰਿਆ ਅਸੀਂ ਤਾਂ ਇੱਕ ਚੌਂਕੀਦਾਰਾ ਕਰਦੇ ਆ ਬਾਕੀ ਗੁਰੂ ਸਾਹਿਬ ਆਪਣੇ ਆਪ ਸਭ ਕੁਝ ਕਰਵਾ ਰਹੇ ਨੇ ਇੱਥੇ ਸਾਡੇ ਕੋਲੋਂ ਅੱਗੋਂ ਹਾਂਜੀ ਇੱਕ ਲੰਗਰ ਦੀ ਸੇਵਾ ਜਿਹੜੀ ਅੱਜ ਇੱਥੇ ਪ੍ਰਸ਼ਾਦ ਦੇ ਪਾਣੀ ਦੀ ਸੇਵਾ કરી ਸੀ ਸਾਰੀ ਵੀਰਾਂ ਨੇ ਦੁੱਧ ਦੀ ਸੇਵਾ ਜਿਹੜੀ ਆ ਉਹ 20 ਲੀਟਰ ਦੁੱਧ ਜੜਤੌਲੀ ਤੋਂ ਵੀਰ ਹੁਣੇ ਦੇਖੇ ਗਏ ਆ 50 ਲੀਟਰ ਦੁੱਧ ਗੁਪਤ ਸੇਵਾ ਵਾਜੀ 80 ਤੋਂ 85 ਲੀਟਰ ਦੁੱਧ ਗਲ ਪਿੰਡ ਕੀ ਆਹ ਗਲ ਪਿੰਡ ਸੰਗਤ ਹਾਂ ਉਹ ਦੇਖ ਕੇ ਗਏ ਆ ਵੀਰੇ ਹੁਣੇ ਤੇ ਲੰਗਰ ਦੀ ਸੇਵਾ ਗੁਪਤ ਦਾਨ ਆ ਉਹ ਵੀਰ ਦਾ ਅਸੀਂ ਨਾਂ ਨਹੀਂ ਦੱਸਣਾ ਚਾਹੁੰਦੇ ਲੁਧਿਆਣੇ ਤੋਂ ਹੀ ਆ ਵੀਰ ਉਹ ਤੇ ਉਹ ਕਹਿੰਦਾ ਬਾਈ ਹਰ ਕੈਂਪ ਦੇ ਵਿੱਚ ਉਹ ਕਹਿੰਦਾ ਲੰਗਰ ਦੀ ਸੇਵਾ ਜਿਹੜੀ ਆ ਮੇਰੇ ਵੱਲੋਂ ਹੋਇਆ ਕਰੂਗੀ ਅੱਜ ਅਸੀਂ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਮੋਖ ਰੱਖਦੇ ਹੋ ਜਲੇਬੀਆਂ ਦੀ ਦਾ ਲੰਗਰ ਲਾਇਆ ਸੀਗਾ ਤੇ ਉਹ ਸਾਰਾ ਪ੍ਰਬੰਧ ਉਹ ਵੀਰ ਹੁਣਾ ਵੱਲੋਂ ਕੀਤਾ ਗਿਆ ਆ ਤੇ ਇਹ ਸੀ ਅੱਜ ਦੀ ਸਾਡੀ ਜਾਣਕਾਰੀ ਅੱਜ ਦੇ ਕੈਂਪ ਦੀ ਤੇ ਇਹ ਅੱਗੇ ਪਿੱਛੇ ਸਾਈਡਾਂ ਤੇ ਸਾਰੇ ਖੜੇ ਮੈਂਬਰ ਉਹ ਨੇ ਜਿਹੜੇ ਸਾਡੇ ਨਾਲ ਵਲੰਟੀਅਰਲੀ ਸੇਵਾ ਕਰਾਉਂਦੇ ਨੇ ਹਨ ਭੈਣ ਹੁਣੀ ਸਾਡੇ ਇਧਰ ਜੀਵਨ ਮੈਡੀਕਲ ਆ ਵੀਰ ਸਾਡਾ ਅਮਨ ਖੜਾ ਉਹਨਾਂ ਦੇ ਸਿਸਟਰ ਹਰ ਬਾਰ ਸਾਡੇ ਨਾਲ ਹੁੰਦੇ ਰਿਤਿਕ ਖੜਾ ਸਾਡੀ ਟੀਮ ਦਾ ਮੈਂਬਰ ਪਿੱਛੇ ਕੇ ਕੇ ਹੁਣੀ ਦੀਪਕ ਹੁਣੀ ਖੜੇ ਨੇ ਜਿਹੜੇ ਇੰਟਰਨਲ ਮੈਂਬਰ ਨੇ ਸਾਡੇ ਅੱਗੇ ਨੂੰ ਆ ਜਾਓ ਪਤਾ ਅੱਗੇ ਨੂੰ ਆ ਜਾਓ ਇਹ ਸਾਰੇ ਸੇਵਾਦਾਰ ਵੀਰ ਬਹੁਤ ਮੈਂਬਰ ਸਾਡੇ ਚਲੇ ਗਏ ਮਾਨਸੇ ਵਾਲੀ ਟੀਮ ਚਲੇ ਗਈ ਹੈ ਸਾਡੀ ਗੋਲੀ ਵਾਲੀ ਟੀਮ ਚਲੇ ਗਈ ਆ ਸਾਡੀ ਫਿਰੋਜ਼ਪੁਰ ਵਾਲੀ ਟੀਮ ਖੜੀ ਆ ਫਿਰ ਅਹਿਮਦਗੜ੍ਹ ਵਾਲੇ ਖੜੇ ਆ ਤੇ ਪਟਿਆਲੇ ਵਾਲੇ ਗੋਲਟੀ ਹੋਣੀ ਸਾਡੇ ਖੜੇ ਆ ਵੀਰ ਤੇ ਇਸੇ ਤਰ੍ਹਾਂ ਇਹ ਸਾਡੀਆਂ ਸਾਰੀਆਂ ਜਿਹੜੀਆਂ ਟੀਮਾਂ ਅਸੀਂ ਰਲ ਮਿਲ ਕੇ ਕੈਂਪ ਅਰੇਂਜ ਕਰਦੇ ਆ ਇੱਕ ਮਹੀਨੇ ਦੇ ਵਿੱਚ ਦੋ ਕੈਂਪ ਅਰੇਂਜ ਕਰਨੇ ਇੱਕ ਮਹੀਨੇ ਦੇ ਵਿੱਚ 400 ਇੱਕ ਵਾਰ ਤੇ 400 ਇੱਕ ਵਾਰ ਪੇਸ਼ੈਂਟ ਉਹ ਜਿਹੜੇ ਮੈਂਟਲੀ ਅਫਸੈਟ ਆ ਉਹਨਾਂ ਨੂੰ ਖਾਣ ਦਾ ਪਹਿਣਨ ਦਾ ਬਹਿਣ ਦਾ ਰਹਿਣ ਦਾ ਉਹਨਾਂ ਦੀ ਕਾਉਂਸਲਿੰਗ ਦਾ ਉਹ ਹਰ ਇੰਤਜ਼ਾਮ ਕਰਨਾ ਉਹ ਸਾਰਾ ਇੱਕ ਟੀਮ ਵਰਕ ਆ ਬਹੁਤ ਵੱਡਾ ਮੈਡੀਸਨ ਪੈਕ ਕਰਨੀ ਲਿਫਾਫਿਆਂ ਦੇ ਵਿੱਚ ਪਾਉਣੀ ਉੱਥੋਂ ਡਾਕਟਰ ਨੇ ਮੈਡਮ ਨੇ ਚੈੱਕ ਕਰਕੇ ਮੈਡੀਸਨ ਲਿਖ ਕੇ ਦੇਣੀ ਉੱਥੋਂ ਪਰਚੀਆਂ ਨੂੰ ਇੱਥੇ ਭੇਜਣਾ ਉਹ ਅਮਨ ਆ ਵੀਰ ਆ ਸਾਡੀ ਟੀਮ ਦਾ ਮੈਂਬਰ ਅਮਨੇ ਹੁਣ ਇਹਨਾਂ ਦੀ ਟੀਮ ਸਾਰਾ ਕੰਮ ਕਰਦੀ ਆ ਤੇ ਫਿਰ ਇੱਥੇ ਮੈਡੀਸਨ ਪੈਕ ਕਰਨੀ ਲਿਫਾਫਿਆਂ ਦੇ ਵਿੱਚ ਪਾਉਣੀ ਉਹ ਅਮਨ ਹੁਣਾ ਦਾ ਇਹ ਭੈਣ ਜੀ ਹੁਣਾ ਦਾ ਇਕਬਾਲ ਵੀਰੇ ਉਹਨਾਂ ਦੀ ਡਿਊਟੀ ਆ ਉਹ ਇਹਨਾਂ ਨੇ ਸਾਰਾ ਅਮਨ ਹੋ ਗਿਆ ਭੁੱਲਰ ਹੋ ਗਿਆ ਸੁੱਖਾ ਵੀਰ ਸਾਡਾ ਹੋਰ ਸਾਰੇ ਰਲ ਕੇ ਸੇਵਾ ਕਰਦੇ ਨੇ ਤੇ ਫਿਰ ਜਿਹੜਾ ਇੱਥੇ ਦੀ ਮੈਨੇਜਮੈਂਟ ਸਾਰੀ ਦੇਖਣੀ ਆ ਕਿੱਦਾਂ ਕਿੱਦਾਂ ਕਿਹੜੀਆਂ ਕਿਹੜੀਆਂ ਡਿਊਟੀਆਂ ਲਾਉਣੀਆਂ ਉਹ ਗੁਰਿੰਦਰ ਵੀਰ ਦੀ ਸਾਡੇ ਦੀ ਡਿਊਟੀ ਆ ਸ਼ਾਹ ਜੀ ਖੜੇ ਨੇ ਇਹਨਾਂ ਦੀ ਡਿਊਟੀ ਹੁੰਦੀ ਆ ਹਸਪੀਟਲਾਂ ਦੇ ਵਿੱਚ ਪੇਸ਼ੈਂਟਾਂ ਨੂੰ ਭੇਜਣਾ ਗੱਡੀਆਂ ਜਿਹਨਾਂ ਕੋਲੇ ਹੈ ਨਹੀਂ ਜਿਹੜੇ ਪੈਦਲ ਆਏ ਉਹਨਾਂ ਨੂੰ ਦੂਜਿਆਂ ਦੇ ਨਾਲ ਬਿਠਾ ਕੇ ਭੇਜਣਾ ਐਂਬੂਲੈਂਸਾਂ ਦੇ ਵਿੱਚ ਕਿੰਨੇ ਕਿੰਨੇ ਮਰੀਜ਼ ਕਿਵੇਂ ਭੇਜਣੇ ਆ ਯਾਨੀ ਕਿ ਹਰ ਬੰਦਾ ਹਰ ਕਰਦਾਰ ਆਪੋ ਆਪਣਾ ਪਲੇ ਕਰਦਾ ਜਿਹੜੇ ਸੜਕਾ ਸੀ ਸੇਵਾ ਕਰਦੇ ਆ ਧੀਰੂ ਵੀਰ ਦੇ ਫਾਦਰ ਸਾਹਿਬ ਕਰਿਆ ਇਹਨਾਂ ਨੇ ਸਾਰਾ ਦਿਨ ਆਟੋ ਦੇ ਉੱਪਰ ਢੇੜੇ ਲਾਉਣੇ ਆ ਜਿਹੜੇ ਸੀਐਮਸੀ ਪੇਸ਼ੈਂਟ ਲੈ ਕੇ ਜਾਣੇ ਹੁੰਦੇ ਆ ਜਾਂ ਮੰਨ ਲਓ ਦੀਪਕ ਦੇ ਵਿੱਚ ਜਾਣੇ ਹੁੰਦੇ ਆ ਇਹ ਉਹਨਾਂ ਦੀ ਡਿਊਟੀ ਆਟੋ ਦੇ ਇੱਥੇ ਰਿੱਤਕ ਖੜਾ ਇਹ ਬੱਚਿਆਂ ਦੀ ਜ਼ਿੰਮੇਵਾਰੀ ਸਾਰੀ ਜਿੰਨੇ ਬੱਚੇ ਅੱਜ ਕਿੰਨੇ ਬੱਚੇ ਸੀ ਰਿੱਤਕ 18 ਨਵੇਂ ਸੀ ਤੇ 13 ਪੁਰਾਣੇ ਬੱਚੇ ਸੀ ਉਹਨਾਂ ਨੂੰ ਇੱਥੋਂ ਸਾਰੇ ਐਂਟਰੀ ਪਾਉਣੀ ਨੋਟ ਕਰਨਾ ਡਾਕਟਰ ਕੋਲ ਲੈ ਕੇ ਜਾਣਾ ਚੈੱਕਅਪ ਕਰਾਉਣਾ ਸਾਰਾ ਬੱਚਿਆਂ ਦੀ ਉੱਥੋਂ ਦਵਾਈ ਹੈ ਜਿਹੜੀ ਲਿਖਾ ਕੇ ਲਿਆਉਣੀ ਇੱਥੇ ਆ ਕੇ ਬੱਚਿਆਂ ਦੀ ਮੈਡੀਸਿਨ ਪੈਕ ਕਰਾਉਣੀ ਫਿਰ ਉਹ ਕੱਲੇ-ਕੱਲੇ ਬੱਚੇ ਦੇ ਮਾਪੇ ਨੂੰ ਕੱਲੀ-ਕੱਲੀ ਮੈਡੀਸਿਨ ਸਮਝਾਉਣੀ ਤੇ ਬੱਚਿਆਂ ਦੇ ਟੈਸਟ ਕਿੰਨੇ ਲਿਖੇ ਅੱਜ 7 ਬੱਚੇ ਦੇ ਕੀ ਕੀ ਆ ਸਾਰਿਆਂ ਨੇ 7ਾਂ ਨੇ ਐਮ ਆਰ ਆਏ ਆ ਨਹੀਂ ਨਹੀਂ ਕਿਸੇ ਦੇ ਈ ਸੀ ਜੀ ਵਗੈਰਾ ਹੈ ਈ ਜੀ ਹਾਂ ਜੀ ਈ ਜੀ ਤੇ ਇਦੇ ਵਿੱਚ ਜੀ ਐਸ ਵਾਰ ਸੱਤ ਬੱਚਿਆਂ ਦੀਆਂ ਉਹਨਾਂ ਨੇ ਟੈਸਟ ਲਿਖਿਆ ਇੱਕ ਤਾਂ ਹੈਗਾ ਅਰਬ 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 ਕੁਮਾਰ ਦੀ ਸੀਬੀਸੀਸੀ ਦੇ ਟੈਸਟ ਆ ਲੀਪਡ ਪ੍ਰੋਫਾਈਲ ਆ ਖੂਨ ਬਲੱਡ ਦੇ ਟੈਸਟ ਆ ਇਹਦੇ ਅਨਮੋਲ ਅਨਮੋਲ ਬੈਂਸ ਬੈਂਸ ਐਮ ਆਰ ਆਈ ਤੇ ਈਜੀ ਆ ਤੇ ਇਦਾਂ ਹੀ ਰੋਹਿਤ ਕੁਮਾਰ ਰੋਹਿਤ ਕੁਮਾਰ ਆ ਜੀ ਇਹਦੀ ਵੀ ਐਮ ਆਰ ਆਈ ਤੇ ਈਜੀ ਆ ਆਕਾਸ਼ਦੀਪ ਸਿੰਘ ਆ ਇਹਦਾ ਜਿਹੜਾ ਬੋਲਿਆਂ ਵਾਲਾ ਟੈਸਟ ਹੁੰਦਾ ਕੰਨਾਂ ਦਾ ਇੱਕ ਬੀਆ ਟੈਸਟ ਹੈ ਨਾ ਬੀਆ ਬੀਰਾ ਟੈਸਟ ਫਿਰ ਗੁਰ ਗੁਰਜਸ ਗੁਰਜਸ ਸਿੰਘ ਇਹਦੀ ਵੀ ਐਮ ਆਰ ਆਈ ਆ ਹੈਡ ਦੀ ਤੇ ਫਿਰ ਅਜੂਸ਼ ਅਜੂਸ਼ ਕੁਮਾਰ ਦੀ ای ਜੀ ਅਤੇ ਸੀ ਬੀ ਸੀ ਆ ਹੁਣ ਜਿਹੜਾ ਐਮ ਆਰ ਆਈ ਤੇ ای ਜੀ ਆ ਐਮ ਆਰ ਆਈ ਕਰੀਬ 6500 ਰੁਪਏ ਦੀ ਹੁੰਦੀ ਹੈ 3000 ਦੀ ਐਮ ਆਰ ਆਈ ਹੁੰਦੀ ਆ 3500 ਉਹ ਬੇਹੋਸ਼ ਕਰਕੇ ਬੱਚੇ ਦੀ ਐਮ ਆਰ ਆਈ ਕਰਦੇ ਆ ਡਾਕਟਰ ਅਦਰਵਾਈਜ਼ ਜੇ ਸਿੱਧੀ ਕੋਈ ਐਮ ਆਰ ਆਈ ਕਰਾਵੇ ਜਾ ਕੇ ਹਸਪੀਟਲ ਤੋਂ ਕਰੀਬ 8-9000 ਰੁਪਏ ਦੀ ਹੁੰਦੀ ਐ ਐਮ ਆਰ ਆਈ ਐਡਾ ਵੱਡਾ ਲੁੱਟ ਦਾ ਕੇਂਦਰ ਆ ਇਹਦੇ ਪਿੱਛੇ ਵੀ ਤੇ ਜੇ ਸਾਨੂੰ 650 ਦੀ ਹੁੰਦੀ ਐ ਇਹਦੇ ਵਿੱਚ ਵੀ ਉਹ ਘੱਟੋ ਘੱਟ 2000-2500 ਕਮਾਉਂਦੇ ਆ ਜੇ ਸਹੀ ਤਰੀਕੇ ਨਾਲ ਦੇਖਿਆ ਜਾਵੇ ਹੌਲੀ ਹੌਲੀ ਵਾਹਿਗੁਰੂ ਮੇਰ ਕਰਨ ਆਉਣ ਵਾਲੇ ਸਮੇਂ 'ਚ ਅਸੀਂ ਐਮ ਆਰ ਆਈ ਮਸ਼ੀਨ ਇਹ ਚੀਜ਼ਾਂ ਅਸੀਂ ਹੌਲੀ ਹੌਲੀ ਇੱਥੇ ਲਗਾ ਸਕੀਏ ਹੁਣ ਮਾਤਾ ਜੀ ਨੇ ਸਾਡੇ ਗਰਮੇਲ ਕੋਰਨਰਸ ਸਿਹਾਰ ਤੋਂ ਉਹਨਾਂ ਦੇ ਅੱਗੋਂ ਜਵਾਈ ਹੈ ਨਾ ਉਹਨਾਂ ਨੇ ਬਾਹਰੋਂ ਉਹਨਾਂ ਨੂੰ 50000 ਰੁਪਏ ਦੀ ਸੇਵਾ ਭੇਜੀ ਹੋਈ ਹੈ ਮਾਤਾ ਗਨਮੇਲ ਕੌਰ ਜੀ ਨੂੰ ਪਿਛਲੀ ਵਾਰੀ ਵੀ ਕੈਂਪ ਦੇ ਵਿੱਚ ਕਿੰਨੇ ਐਮ ਆਰ ਆਈਆਂ ਸੀ 6 ਮਹੀਨੇ 6 ਦੋ ਹੋਈਆਂ ਸੀ ਪਿਛਲੀ ਵਾਰੀ ਤੇ ਉਸ ਤੋਂ ਪਿਛਲੀ ਵਾਰੀ 6 ਹੋਈਆਂ ਸੀ ਉਹ ਮਾਤਾ ਜੀ ਆਉਂਦੇ ਨੇ ਹੁਣ ਜਿਵੇਂ ਅਸੀਂ ਬੱਚਿਆਂ ਦੀਆਂ ਜਿਨ੍ਹਾਂ ਦੀਆਂ ਐਮ ਆਰ ਆਈਆਂ ਇਹਨਾਂ ਨੂੰ ਇੱਕ ਟਾਈਮ ਦੇ ਦੇਣਾ ਡੇਟ ਮੰਨ ਲਓ ਇਹਨਾਂ ਨੂੰ ਅਸੀਂ ਸੱਦਾਂਗੇ ਅੱਜ ਤੋਂ 4 ਦਿਨਾਂ ਬਾਅਦ ਹਸਪੀਟਲ ਚ ਲੈ ਜਾਣਾ ਉੱਥੇ ਜਿੱਥੇ ਐਮ ਆਰ ਆ ਨੇ ਉੱਥੇ ਹੀ ਮਾਤਾ ਜੀ ਨੂੰ ਗਰਮੇਲ ਕੌਰ ਜੀ ਨੂੰ ਸੱਦ ਲੈਣਾ ਉਹਨਾਂ ਨੇ ਉੱਥੇ ਉਹਨਾਂ ਦੇ ਪੇ ਕਰ ਦੇਣੇ ਆ ਜਿੰਨੇ ਦਿਨ ਉਹਨਾਂ ਦੇ 50000 ਰੁਪਏ ਪੂਰਾ ਨਹੀਂ ਹੁੰਦਾ ਉਹ ਕਿੰਨੇ ਉਹਨੋਂ ਤੱਕ ਅਸੀਂ ਐਮ ਆਰ ਆ ਹੀ ਕਰਾਉਂਦੇ ਰਹਾਂਗੇ ਕਿਉਂਕਿ ਬੱਚਿਆਂ ਦੇ ਟੈਸਟ ਹੋਣੇ ਬਹੁਤ ਜ਼ਰੂਰੀ ਆ ਗਰੀਬ ਮਾਂ ਬਾਪ ਬੱਚਿਆਂ ਦਾ ਟਰੀਟਮੈਂਟ ਨਹੀਂ ਕਰਵਾ ਪਾਉਂਦੇ ਜੇ ਟਰੀਟਮੈਂਟ ਸ਼ੁਰੂ ਹੁੰਦਾ ਡਾਕਟਰ ਪਹਿਲਾਂ ਐਮ ਆਰ ਆ ਹੀ ਲਿਖ ਦਿੰਦੇ ਨੇ ਹੁਣ ਦਿਹਾੜੀ ਤੇ ਮਜ਼ਦੂਰੀ ਕਰਨ ਵਾਲਾ ਬੰਦਾ 6-7000 ਦੀ 10000 ਦੀ ਐਮ ਆਰ ਆ ਨਹੀਂ ਕਰਵਾ ਸਕਦਾ ਤੇ ਉਹ ਸਾਡੇ ਕੋਲੇ ਪਰਿਵਾਰ ਦੇ ਮੈਂਬਰ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੜੀ ਦੁੱਖ ਦੀ ਗੱਲ ਆ ਅੱਜ ਕੱਲ ਜੰਮਦੇ ਬੱਚਿਆਂ ਨੂੰ ਇਦਾਂ ਦੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਕਿਸੇ ਨੂੰ ਦਿਮਾਗੀ ਦੌਰੇ ਪੈਂਦੇ ਆ ਕੋਈ ਬੋਲ ਨਹੀਂ ਸਕਦਾ ਕੋਈ ਸੁਣ ਨਹੀਂ ਸਕਦਾ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਨੂੰ ਹਿੰਮਤ ਬਖਸ਼ਣ ਅਸੀਂ ਇਹ ਕੈਂਪ ਇਸੇ ਤਰ੍ਹਾਂ ਲਾਉਂਦੇ ਰਹੀਏ ਤੇ ਇਹ ਜਿਹੜੇ ਲੋਡਬੰਦ ਪੇਸ਼ੈਂਟ ਨੇ ਇੱਥੇ ਸਾਡੇ ਕੋਲੇ ਆਉਂਦੇ ਨੇ ਸਾਡੇ ਪਰਿਵਾਰ ਦਾ ਇੱਕ ਹਿੱਸਾ ਵਾਹੋ ਤੇ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਤੇ ਸਾਨੂੰ ਸਾਈਕੀਆਟ੍ਰਿਕ ਚੰਗੇ ਡਾਕਟਰ ਦੀ ਲੋੜ ਆ ਜੇ ਕੋਈ ਭੈਣ ਭਰਾ ਹੈਲਪ ਕਰ ਸਕਦਾ ਹੋ ਡਾਕਟਰ ਮੰਮਤਾ ਕੋਲੋਂ ਇੰਨੇ ਪੇਸ਼ੈਂਟ ਨਹੀਂ ਸਾਂਭ ਸਕਦੀ ਉਹ ਭੈਣ ਸਾਡੀ ਤੇ ਹਰ ਮਹੀਨੇ ਦੇ ਵਿੱਚ ਹਰ ਹਫਤੇ ਅਸੀਂ ਐਡਾ ਵੱਡਾ ਕੈਂਪ ਵੀ ਨਹੀਂ ਰੇਂਜ ਕਰ ਸਕਦੇ ਅਸੀਂ ਮਹੀਨੇ 'ਚ ਦੋ ਕੈਂਪ ਲਾਉਣੇ ਆ ਐਡਾ ਵੱਡਾ ਟੈਂਟ ਲਾਉਣਾ ਪ੍ਰਸ਼ਾਦੇ ਪਾਣੀ ਦਾ ਇੰਨੇ ਬੰਦਿਆਂ ਨੇ ਸਮਾਂ ਕੱਢ ਕੇ ਆਉਣਾ ਉਹ ਬੜਾ ਮੁਸ਼ਕਲ ਆ ਤੇ ਜੀ ਹੁਣ ਹਰ ਮੰਗਲਵਾਰ ਤੇ ਅਸੀਂ ਕੈਂਪ ਲਾਉਣ ਲੱਗ ਜਾਈਏ ਤਾਂ ਬੜੀ ਮੁਸ਼ਕਲ ਆ ਜੀ ਜੇ ਸਾਨੂੰ ਚੰਗੇ ਦੋ ਸਾਈਕੀਆਟ੍ਰਿਕ ਡਾਕਟਰ ਮਿਲ ਜਾਣ ਜਿਹੜੇ ਇੱਥੇ ਬੈਠ ਕੇ ਅੱਧੇ ਕੇ ਪੇਸ਼ੈਂਟ ਇੱਥੇ ਹੀ ਭੁਗਤ ਜਾ ਕਰਨ ਅੱਧਿਆਂ ਨੂੰ ਅਸੀਂ ਉੱਥੇ ਲੈ ਜਾ ਕਰੀਏ ਤੇ ਇਹ ਵੀ ਇੱਕ ਦਿਨ ਹੋ ਜਾਊਗਾ ਪ੍ਰਮਾਤਮਾ ਕਿਰਪਾ ਕਰਨ ਸੱਚੇ ਪਾਤਸ਼ਾਹ ਜੀ ਉਹਨੇ ਦਿਮਾਗ ਦੇ ਵਿੱਚ ਪਾਈ ਆ ਗੱਲ ਤੇ ਇਹਦਾ ਹੱਲ ਵੀ ਉਹ ਪ੍ਰਮਾਤਮਾ ਨੇ ਕੱਢਿਆ ਹੀ ਹੋਣਾ ਵਾ ਤੇ ਬਾਕੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਰੇ ਜਿਹੜੇ ਸਾਡੇ ਕੋਲੇ ਇੱਥੇ ਕੈਂਪ ਦੇ ਵਿੱਚ ਹੈਲਪਲੀ ਆਉਨੇ ਹੋ ਧੰਨਵਾਦ ਤੁਹਾਡਾ ਬਾਈ ਜੀ ਬਹੁਤ-ਬਹੁਤ ਸਾਰਿਆਂ ਦਾ ਜੀ ਰਾਣਾ ਜੀ ਤੁਹਾਡਾ ਸਾਰਿਆਂ ਦਾ ਬਾਈ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮਾਫੀ ਮੰਗਦੇ ਆਂ ਕੁਰਚਾ ਨੀ ਮੈਂ ਲਾਜ ਬੋਲਿਆ ਗਿਆ ਹੋਵੇ ਤਾਂ ਵੀ ਮਾਫੀ ਮੰਗਦੇ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਕੋਈ ਹੋਰ ਭੈਣ ਭਰਾ ਕਿਸੇ ਅਗਲੇ ਕੈਂਪ 'ਚ ਆ ਕੇ ਆਪਣਾ ਇਲਾਜ ਕਰਾ ਸਕੇ ਇਸ ਕੈਂਪ ਦਾ ਲਾਹਾ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਮੀ ਕਾਕਾ ਠੀਕ ਹੈ ਰਾਣਾ ਜੀ ਬੱਚੇ ਦੀ ਆਪਣਾ ਉਹਦੇ ਟਾਈਮ ਲੈਣਾ ਕਿਉਂਕਿ ਉਹ ਇੱਕ ਡਾਕਟਰ ਨੂੰ बेहोश ਕਰਨ ਵਾਲਾ ਜਿਹੜਾ